ਅੱਜ ਪਠਾਨਕੋਟ ਵਿੱਚ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ ਸਾਹਮਣੇ ਹੋ ਗਏ, ਜਿਸ ਦਾ ਕਾਰਨ ਆਮ ਆਦਮੀ ਪਾਰਟੀ ਵੱਲੋਂ ਬਾਜ਼ਾਰਾਂ ਵਿੱਚ ਅਤੇ ਸਰਕਾਰੀ ਇਮਾਰਤਾਂ ਖੰਭਿਆਂ ਤੇ ਬੈਨਰ ਝੰਡੇ ਲਗਾ ਕੇ ਪ੍ਰਚਾਰ ਕੀਤਾ ਗਿਆ, ਜਿਸ ਦਾ ਵਿਰੋਧ ਭਾਜਪਾ ਵੱਲੋਂ ਕੀਤਾ ਗਿਆ। ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਇਮਾਰਤਾਂ ਤੇ ਲੱਗੀ ਆਮ ਆਦਮੀ ਪਾਰਟੀ ਦੀ ਸਮੱਗਰੀ ਨੂੰ ਉਤਾਰਿਆ ਜਾਵੇ। ਮੈਂ ਪ੍ਰਦਰਸ਼ਨ ਨਹੀਂ ਕਰ ਰਿਹਾ, ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾ ਰਿਹਾ। ਉਹਨਾਂ ਨੂੰ ਉਹਨਾਂ ਦਾ ਕਰਤੱਵ ਕੀ ਹੈ? ਫੇਅਰ ਐਂਡ ਫ੍ਰੀ ਇਲੈਕਸ਼ਨ ਕਰਾਉਣਾ, ਚੁਣਾਵ ਆਯੋਗ ਦੇ ਆਦੇਸ਼ਾਂ ਦਾ ਪਾਲਣ ਕਰਨਾ, ਜ਼ਮੀਨੀ ਸਤਰ ਤੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਚੁਣਾਵ ਆਯੋਗ ਸਾਫ਼ ਸਾਫ਼ ਕਹਿੰਦਾ ਹੈ ਕਿ ਕ੍ਰਾਸ ਝੰਡੀਆਂ ਨਹੀਂ ਲੱਗ ਸਕਦੀਆਂ, ਕਿਸੇ ਦੁਕਾਨ ਤੇ ਉਹਦੀ ਮਰਜ਼ੀ ਦੇ ਬਿਨਾਂ ਝੰਡੇ ਨਹੀਂ ਲੱਗ ਸਕਦੇ, ਸਰਕਾਰੀ ਬਿਲਡਿੰਗ ਤੇ ਝੰਡੇ ਨਹੀਂ ਲੱਗ ਸਕਦੇ, ਸਰਕਾਰੀ ਖੰਭਿਆਂ ਤੇ ਹੋਲਡਿੰਗ ਨਹੀਂ ਲੱਗ ਸਕਦੇ। ਲੇਕਿਨ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅੰਨਾ ਹੋਇਆ ਪਿਆ, ਇਸ ਕਰਕੇ ਮੈਨੂੰ ਆਉਣਾ ਪਿਆ। ਇਹ ਨਹੀਂ ਹੋ ਸਕਦਾ ਕੇਜਰੀਵਾਲ ਲਈ ਨਿਯਮ ਹੋਰ ਹੋਣ, ਬੀਜੇਪੀ ਜਮੋ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਭਾਜਪਾ ਦੀ ਬੁਖਲਾਹਟ ਹੈ ਜਿਸ ਕਾਰਨ ਅਜਿਹਾ ਕਰ ਰਹੇ ਹਨ। ਇਹ ਸਿਰਫ ਤੇ ਸਿਰਫ ਮੋਦੀ ਤੇ ਬੀਜੇਪੀ ਸਰਕਾਰ ਦੀ ਬੁਖਲਾਹਟ ਹੈ ਜੋ ਤੁਸੀਂ ਦੇਖ ਰਹੇ ਹੋ ਅੱਜ। ਇਹਨਾਂ ਨੂੰ ਕਿਸ ਚੀਜ਼ ਦਾ ਡਰ ਹੈ? ਸਾਰੇ ਪੰਜਾਬ ਨੂੰ ਪਤਾ ਕਿ ਇਹ ਚੌਥੇ ਨੰਬਰ 'ਤੇ ਆ ਰਿਹਾ ਪੰਜਾਬ ਦੇ ਵਿੱਚ, ਅਤੇ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਜਾ ਰਹੀ ਹੈ, ਉਹਦਾ ਹੀ ਇਹਨਾਂ ਨੂੰ ਡਰ ਹੈ ਜਿਹੜਾ ਇਹਨਾਂ ਨੇ ਅੱਜ ਤਮਾਸ਼ਾ ਕੀਤਾ ਹੈ। ਹਰ ਸਰਕਾਰ ਨੂੰ, ਹਰ ਪਾਰਟੀ ਨੂੰ ਹੱਕ ਹੁੰਦਾ ਕਿ ਜਦੋਂ ਉਹਦਾ ਸੁਪਰੀਮੋ ਜਾਂ ਉਹਨਾਂ ਦਾ ਕੋਈ ਵੀ ਵੱਡਾ ਲੀਡਰ ਆਏ ਤਾਂ ਸਜਾਵਟ ਦਾ ਮੁੱਲ ਜ਼ਿੰਮਾ ਸਾਰੇ ਵਰਕਰਾਂ ਦੇ ਸਿਰ 'ਤੇ ਹੁੰਦਾ। ਇਸ ਚੀਜ਼ ਨੂੰ ਡਰ ਕੇ ਬੁਖਲਾਹਟ ਇਹਨਾਂ ਦੀ ਸ਼ੋਅ ਕਰ ਰਹੀ ਆ, ਜਿਹਨਾਂ ਨੇ ਸਾਡੇ ਪੋਸਟਰ ਉਤਾਰਨ ਦੀ ਕੋਸ਼ਿਸ਼ ਕੀਤੀ, ਸਾਡੇ ਝੰਡੇ ਉਤਾਰਨ ਦੀ ਕੋਸ਼ਿਸ਼ ਕੀਤੀ, ਸਾਡੇ ਵਰਕਰਾਂ ਦੇ ਉੱਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ। ਇਹ ਭੁਲੇਖੇ 'ਚ ਰਹਿ ਜਾਣ ਕਿ ਆਮ ਆਦਮੀ ਪਾਰਟੀ ਕਦੀ ਨਾ ਧੱਕਾ ਕਰਦੀ ਹੈ ਨਾ ਧੱਕਾ ਸਹਿੰਦੀ ਹੈ। ਅੱਜ ਪਠਾਨਕੋਟ ਵਿੱਚ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ ਸਾਹਮਣੇ ਹੋ ਗਏ, ਜਿਸ ਦਾ ਕਾਰਨ ਆਮ ਆਦਮੀ ਪਾਰਟੀ ਵੱਲੋਂ ਬਾਜ਼ਾਰਾਂ ਵਿੱਚ ਅਤੇ ਸਰਕਾਰੀ ਇਮਾਰਤਾਂ ਖੰਭਿਆਂ ਤੇ ਬੈਨਰ ਝੰਡੇ ਲਗਾ ਕੇ ਪ੍ਰਚਾਰ ਕੀਤਾ ਗਿਆ, ਜਿਸ ਦਾ ਵਿਰੋਧ ਭਾਜਪਾ ਵੱਲੋਂ ਕੀਤਾ ਗਿਆ। ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਇਮਾਰਤਾਂ ਤੇ ਲੱਗੀ ਆਮ ਆਦਮੀ ਪਾਰਟੀ ਦੀ ਸਮੱਗਰੀ ਨੂੰ ਉਤਾਰਿਆ ਜਾਵੇ। ਮੈਂ ਪ੍ਰਦਰਸ਼ਨ ਨਹੀਂ ਕਰ ਰਿਹਾ, ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾ ਰਿਹਾ। ਉਹਨਾਂ ਨੂੰ ਉਹਨਾਂ ਦਾ ਕਰਤੱਵ ਕੀ ਹੈ? ਫੇਅਰ ਐਂਡ ਫ੍ਰੀ ਇਲੈਕਸ਼ਨ ਕਰਾਉਣਾ, ਚੁਣਾਵ ਆਯੋਗ ਦੇ ਆਦੇਸ਼ਾਂ ਦਾ ਪਾਲਣ ਕਰਨਾ, ਜ਼ਮੀਨੀ ਸਤਰ ਤੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਚੁਣਾਵ ਆਯੋਗ ਸਾਫ਼ ਸਾਫ਼ ਕਹਿੰਦਾ ਹੈ ਕਿ ਕ੍ਰਾਸ ਝੰਡੀਆਂ ਨਹੀਂ ਲੱਗ ਸਕਦੀਆਂ, ਕਿਸੇ ਦੁਕਾਨ ਤੇ ਉਹਦੀ ਮਰਜ਼ੀ ਦੇ ਬਿਨਾਂ ਝੰਡੇ ਨਹੀਂ ਲੱਗ ਸਕਦੇ, ਸਰਕਾਰੀ ਬਿਲਡਿੰਗ ਤੇ ਝੰਡੇ ਨਹੀਂ ਲੱਗ ਸਕਦੇ, ਸਰਕਾਰੀ ਖੰਭਿਆਂ ਤੇ ਹੋਲਡਿੰਗ ਨਹੀਂ ਲੱਗ ਸਕਦੇ। ਲੇਕਿਨ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅੰਨਾ ਹੋਇਆ ਪਿਆ, ਇਸ ਕਰਕੇ ਮੈਨੂੰ ਆਉਣਾ ਪਿਆ। ਇਹ ਨਹੀਂ ਹੋ ਸਕਦਾ ਕੇਜਰੀਵਾਲ ਲਈ ਨਿਯਮ ਹੋਰ ਹੋਣ, ਬੀਜੇਪੀ ਜਮੋ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਭਾਜਪਾ ਦੀ ਬੁਖਲਾਹਟ ਹੈ
ਜਿਸ ਕਾਰਨ ਅਜਿਹਾ ਕਰ ਰਹੇ ਹਨ। ਇਹ ਸਿਰਫ ਤੇ ਸਿਰਫ ਮੋਦੀ ਤੇ ਬੀਜੇਪੀ ਸਰਕਾਰ ਦੀ ਬੁਖਲਾਹਟ ਹੈ ਜੋ ਤੁਸੀਂ ਦੇਖ ਰਹੇ ਹੋ ਅੱਜ। ਇਹਨਾਂ ਨੂੰ ਕਿਸ ਚੀਜ਼ ਦਾ ਡਰ ਹੈ? ਸਾਰੇ ਪੰਜਾਬ ਨੂੰ ਪਤਾ ਕਿ ਇਹ ਛੋਟੇ ਨੰਬਰ ਤੇ ਆ ਰਿਹਾ ਪੰਜਾਬ ਦੇ ਵਿੱਚ, ਤੇ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਜਾ ਰਹੀ ਹੈ, ਉਹਦਾ ਹੀ ਇਹਨਾਂ ਨੂੰ ਡਰ ਹੈ ਜਿਹੜਾ ਇਹਨਾਂ ਨੇ ਅੱਜ ਤਮਾਸ਼ਾ ਕੀਤਾ ਹੈ। ਹਰ ਸਰਕਾਰ ਨੂੰ, ਹਰ ਪਾਰਟੀ ਨੂੰ ਹੱਕ ਹੁੰਦਾ ਕਿ ਜਦੋਂ ਉਹਦਾ ਸੁਪਰੀਮੋ ਜਾਂ ਉਹਨਾਂ ਦਾ ਕੋਈ ਵੀ ਵੱਡਾ ਲੀਡਰ ਆਏ ਤਾਂ ਸਜਾਵਟ ਦਾ ਮੁੱਲ ਜ਼ਿੰਮਾ ਸਾਰੇ ਵਰਕਰਾਂ ਦੇ ਸਿਰ 'ਤੇ ਹੁੰਦਾ। ਇਸ ਚੀਜ਼ ਨੂੰ ਡਰ ਕੇ ਬੁਖਲਾਹਟ ਇਹਨਾਂ ਦੀ ਸ਼ੋਅ ਕਰ ਰਹੀ ਆ। ਜਿਹਨਾਂ ਨੇ ਸਾਡੇ ਪੋਸਟਰ ਉਤਾਰਨ ਦੀ ਕੋਸ਼ਿਸ਼ ਕੀਤੀ, ਸਾਡੇ ਝੰਡੇ ਉਤਾਰਨ ਦੀ ਕੋਸ਼ਿਸ਼ ਕੀਤੀ, ਸਾਡੇ ਵਰਕਰਾਂ ਦੇ ਉੱਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ, ਤੇ ਇਹ ਭੁਲੇਖੇ 'ਚ ਰਹਿ ਜਾਣ ਕਿ ਆਮ ਆਦਮੀ ਪਾਰਟੀ ਕਦੀ ਨਾ ਧੱਕਾ ਕਰਦੀ ਹੈ ਨਾ ਧੱਕਾ ਸਹਿੰਦੀ ਹੈ।